विचार आरंभ करने तो पहले धन धन श्री गुरु ग्रंथ
ਉਹ ਮਸ਼ਕਰੀਆਂ ਕਰਦਾ ਹੈ, ਉਹ ਆਪਣੇ ਆਪ ਨੂੰ ਪੂਰਨ ਸੰਤ ਮੰਨਦਾ ਹੈ ਔਰ ਉਹਦੇ ਵਿੱਚ ਜੋ ਬਰਕਤਾਂ ਹਨ ਉਹ ਵੇਖਦਾ ਹੈ ਕਿ ਮੇਰੇ ਇਕੱਲੇ ਦੇ ਵਿੱਚ ਹੈ, ਕਿਸੇ ਹੋਰ ਦੇ ਵਿੱਚ ਵੀ ਹੈ ਕਿ ਜੀ। ਔਰ ਮਹਾਰਾਜ ਉਹ ਪਲਕ 'ਤੇ ਬਿਠਾ ਦਿੰਦਾ, ਇੱਕ ਸੁੰਦਰ ਉਹਨੇ ਕੁਟੀਆ ਦੇ ਵਿੱਚ ਪਲਕ ਬਣਾ ਕੇ ਰੱਖਿਆ ਹੋਇਆ ਹੈ ਔਰ ਉਹਦੇ ਉੱਪਰ ਜਿਹੜੇ ਸੰਤ ਜਾਂਦੇ ਹਨ ਉਹਨਾਂ ਨੂੰ ਬਿਠਾ ਦਿੰਦਾ ਹੈ। ਪਰ ਫਿਰ ਪਲੰਘ ਹਵਾ ਦੇ ਵਿੱਚ ਉਡਾ ਦਿੰਦਾ, ਫਿਰ ਮੂਧਾ ਕਰਕੇ ਉਲਟੇ ਭਾਰ ਛੱਡ ਦਿੰਦਾ ਹੈ। ਕਹਿੰਦਾ ਮਹਾਰਾਜ ਮੈਨੂੰ ਵੀ ਉਸਨੇ ਇਸੇ ਤਰ੍ਹਾਂ ਪਲੰਘ 'ਤੇ ਬਿਠਾਇਆ, ਫਿਰ ਮੇਰੇ ਨਾਲ ਮਸ਼ਕਰੀ ਕੀਤੀ ਔਰ ਜਿਹੜਾ ਉਹ ਪਲੰਘ ਸੀ ਉਹਦਾ ਸਾਰਾ ਭਾਰ ਮੇਰੇ ਉੱਪਰ ਪਾਤਾ, ਜਾਣੀ ਕਿ ਮੇਰੇ ਉੱਪਰ ਉਲਟਾਉਣਾ ਕੀਤਾ। ਕਰੀ ਮਸ ਕਰੇ ਹਮ ਕਣੇ ਹਾਸਾ ਸਾ ਲਿਟ ਲਿਟ ਪਾਏ। ਕਹਿੰਦੇ ਮਹਾਰਾਜ ਉਹਨੇ ਸਾਡੇ ਨਾਲ ਬੜੀ ਮਸ਼ਕਰੀ ਕੀਤੀ, ਮਖੌਲ ਕੀਤਾ, ਬੜਾ ਘੋਰ ਮਖੌਲ ਕੀਤਾ ਮਹਾਰਾਜ। ਬਾਅਦ 'ਚ ਆਪ ਮਸ਼ਕਰੀਆਂ ਕਰੇ ਹੱਸੇ, ਲਿਟ ਲਿਟ ਹੱਸੇ ਔਰ ਮੇਰਾ ਮਜ਼ਾਕ ਉਡਾਉਣਾ ਕੀਤਾ। ਚੌਪਈ ਖੱਟ ਦਰਸ਼ਨ ਕੋ ਮਸਕਰੇ ਕਰੇ। ਮਹਾਰਾਜ ਜਿਹੜੀ ਛੇ ਭੇਖਾਂ ਹਨ ਸੰਤਾਂ ਦੇ, ਸੰਨਿਆਸੀ ਬਰਾਦਰੀ ਆਦਿਕ, ਉਹ ਕਿਸੇ ਨੂੰ ਵੀ ਮਹਾਰਾਜ ਨਹੀਂ ਉਹ ਛੱਡਦਾ ਗਾ, ਹਰ ਇੱਕ ਨਾਲ ਠੱਠਾ ਕਰਦਾ ਹੈ, ਹਰ ਇੱਕ ਸਾਧੂ ਨੂੰ ਉਹ ਪਲੰਘ 'ਤੇ ਬਿਠਾਉਂਦਾ, ਫਿਰ ਮੂਧੜੇ ਮੂੰਹ ਸੱਟ ਦਿੰਦਾ ਹੈ। ਗੁਰ ਪੀਰ ਤੇ ਨਾਹੇ ਸੋ ਡਰੈ। ਮਹਾਰਾਜ ਉਹ ਕਿਸੇ ਗੁਰੂ ਪੀਰ ਤੋਂ ਨਹੀਂ ਡਰਦਾ, ਕਿਸੇ ਨਾਲ ਵੀ ਉਹ ਖੈਰ ਨਹੀਂ ਗੁਜ਼ਾਰਦਾ ਗਾ। ਆਪ ਕਹਾਵੇ ਬਹੁ ਬਹੁ ਗੁਰ ਪੀਰ। ਮਹਾਰਾਜ ਉਹ ਆਪਣੇ ਆਪ ਨੂੰ ਪੀਰ ਕਹਾਉਂਦਾ, ਗੁਰੂ ਕਹਾਉਂਦਾ, ਕਹਿੰਦਾ ਵੀ ਮੈਂ ਸਭ ਤੋਂ ਵੱਡਾ ਹਾਂ। ਸੰਤ ਨੰਦਕ ਬਹੁ ਬੇਗੁਰ ਪੀਰ। ਮਹਾਰਾਜ ਸੰਤਾਂ ਦਾ ਨਿੰਦਕਾ ਨਿੰਦਕ ਹੈ ਨਾ ਉਹਦੇ ਕੋਈ ਗੁਰੂ ਹੈ, ਬੇਗੁਰਾ ਹੈ, ਬੇਪੀਰਾ ਹੈ। ਮਹੰਤ ਕਹੀ ਪੁੱਤ ਵੱਲ ਨਾ ਜਾਇਓ। ਕਹਿੰਦਾ ਮਹਾਰਾਜ ਜੇ ਆਪ ਦੱਖਣ ਵੱਲ ਚੱਲੇ ਹੋ ਤਾਂ ਕਿਰਪਾ ਕਰਕੇ ਮੇਰੀ ਬੇਨਤੀ ਸੁਣੀ ਕਰੋ, ਗਦਾਵਰੀ ਵੱਲ ਉਹਦਾ ਡੇਰਾ ਹੈ, ਮਹਾਰਾਜ ਉੱਧਰ ਨਾ ਜਾਇਓ, ਉੱਧਰ ਜਾਣਾ ਠੀਕ ਨਹੀਂ, ਉਹ ਹਰ ਇੱਕ ਦਾ ਮਜ਼ਾਕ ਉਡਾਉਂਦਾ ਹੈ। ਉਸ ਤੇ ਟਲ ਕੇ ਦੂਰ ਸਧਾਇਓ। ਕਹਿੰਦੇ ਮਹਾਰਾਜ ਉਹਦੇ ਤੋਂ ਟਲ ਕੇ ਹੀ ਜਿਹੜਾ ਦੱਖਣ ਦੇਸ਼ ਨੂੰ ਜਾਣਾ ਹੈ ਉਹਦੇ ਡੇਰੇ ਤੋਂ ਪਰਾਂ ਦੀ ਲੰਘ ਜਾਇਓ, ਨੇੜਿਓ ਨਾ ਜਾਇਓ। ਸਤਿਗੁਰ ਕਹੀ ਜੋ ਸਤਿਗੁਰ ਕਰੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਜੋ ਗੁਰੂ ਨਾਨਕ ਸਾਹਿਬ ਜੀ ਕਰਨਗੇ ਉਹ ਠੀਕ ਹੀ ਕਰਨਗੇ, ਉਹ ਭਲਾ ਹੀ ਹੋਵੇਗਾ। ਬਣੇ ਨਹੀਂ ਅਮ ਹਮ ਕੋ ਟਰੈ। ਮਹਾਰਾਜ ਕਹਿੰਦੇ ਹੁਣ ਜਿਹੜਾ ਸਾਡਾ ਹੈ ਇਹ ਟਲਣਾ ਨਹੀਂ ਬਣਦਾ ਕਿ ਅਸੀਂ ਉੱਧਰ ਨੂੰ ਜਾਈਏ ਔਰ ਉਹਦਾ ਜਿਹੜਾ ਡੇਰਾ ਹੈ ਵਿਚਾਲੇ ਆਵੇ ਔਰ ਅਸੀਂ ਉਹਨੂੰ ਛੱਡ ਕੇ ਪਰਾਂ ਨਹੀਂ ਲੰਘੀਏ। ਕਹਿੰਦੇ ਸਾਡਾ ਇਹ ਜਾਣਾ ਐਂ ਬਣਦਾ, ਟਲਣਾ ਬਣਦਾ ਨਹੀਂ ਗਾ। ਕਹਿੰਦੇ ਜੇ ਉਹ ਅੜੇਗਾ ਤਾਂ ਅਸੀਂ ਵੀ ਉਹਦੇ ਨਾਲ ਅੜਨ ਨੂੰ ਤਿਆਰ ਹਾਂ। ਸੋ ਹਮ ਕੋ ਰਹਾ ਬਤਾਓ। ਮਹਾਰਾਜ ਕਹਿੰਦੇ ਜੈ ਰਾਮ ਜੀ ਸਾਨੂੰ ਉਹ ਰਾਹ ਦੱਸ ਜੇ ਕਿਹੜੇ ਪਾਸੇ ਜਾਈਦਾ ਹੈ ਜਿੱਥੇ ਉਹਦਾ ਡੇਰਾ ਹੈ। ਨਾਮ ਥਾਮ ਔ ਗ੍ਰਾਮ ਸੁਣਾਓ। ਉਸਦਾ ਕਿਹੜਾ ਨਗਰ ਹੈ, ਉਸਦੇ ਆਸ਼ਰਮ ਦਾ ਜਿਹੜਾ ਸਾਰਾ ਪਤਾ ਹੈ ਉਹ ਸਾਨੂੰ ਚੰਗੀ ਤਰ੍ਹਾਂ ਸਮਝਾਉਣਾ ਕਰੋ। ਜਾਂ ਦੇਖੇ ਹਮ ਉਸ ਕੀ ਸਿੱਧੀ। ਸਾਹਿਬ ਕਹਿੰਦੇ ਹਨ ਅਸੀਂ ਜਾ ਕੇ ਵੇਖਣੇ ਹਾਂ ਕਿੱਡਾ ਕੁ ਸਿੱਧ ਹੈ, ਕਿੰਨੀ ਕੁ ਉਹਦੇ ਵਿੱਚ ਕਰਾਮਾਤ ਹੈ। ਕੌਣ ਗੁਰੂ ਜਿਸ ਤੇ ਭਈ ਬ੍ਰਿੰਦੀ। ਔਰ ਉਹਦਾ ਕਿਹੜਾ ਗੁਰੂ ਹੈ ਜਿਸ ਤੋਂ ਉਹਨੇ ਏਡੀ ਵੱਡੀ ਵਡਿਆਈ ਪ੍ਰਾਪਤ ਕੀਤੀ ਹੈ। ਅੜੇ ਤੋ ਹਮ ਉਸ ਸਿੱਧੀ ਗਵਾਵੇ। ਮਹਾਰਾਜ ਕਹਿੰਦੇ ਜੇ ਸਾਡੇ ਨਾਲ ਅੜਨਾ ਕਰੇਗਾ, ਜੇ ਸਾਡੇ ਨਾਲ ਪੰਜਾ ਪਾਵੇਗਾ ਤਾਂ ਕਹਿੰਦੇ ਉਹਦੀ ਜਿਹੜੀ ਸਿੱਧੀਆਂ ਦੀ ਸ਼ਕਤੀ ਉਹ ਅਸੀਂ ਖੋਹ ਲਵਾਂਗੇ ਔਰ ਜਿਹੜੀਆਂ ਅਰਿਧੀਆਂ ਸਿੱਧੀਆਂ ਤੋਂ ਉਹਨੂੰ ਖਾਲੀ ਕਰ ਦਾਂਗੇ, ਸੱਖਣਾ ਕਰ ਦੇਵਾਂਗੇ। ਮਿਲੇ ਤਾਂ ਉਸ ਕੋ ਰਾਹ ਪਾਏ ਜਾਵੇ।
जे महाराज कहते सानू वो मिलिया तो हम सीधे राह पा देंगे जाने की बंदा बना देवे। सत नानक उस कह दा कर है दास। महाराज कहते सानू गुरु नानक साहब की सौं है ओनू जरूर असं अपना सेवक बनावांगे। करह सिख उस आपनो खास। असी वो नारायण दास कई इतिहासां दे विच माधव दास बरागी भी आया है तो इत्थे जड़ा है नारायण दास बंदे बहादुर का नाम आ रहा है। कहिंदे ओ जड़ा नारायण दास है असी उस उहनू अपना खास सिख बना लवांगे। महंत वाच दोहरा नदी को दावर टेग तो शहर नदेड़ सो नाम। और हुण महंत जी दसदे हन जिहड़ा उहदा डेरा है गोदावरी नदी दे कंढे ते है जी उत्थे नेड़े है और जिहड़ा ओ शहर है उहदा नाम नदेड़ है और नदी दे किनारे ऊपर उहदा डेरा है। भले सु दखण कुंठ में है प्रगट शुभ धाम। एड़ा दखण देश है दखण देश की कुंठ है भला देश है ये जड़ी जा थां है सारे जाहर है चंगी तरह। चौपाई वो हो तो प्रथम कंगा। पहला नहीं उहदे कोल कोई शक्तियां सां वो जमा कंगाल सी भी रोटियां भन सी। रल कहूं तुरो सो संतन नाल। गुरदस की कृपा दे नाल वो कादर दी रहम दे नाल उन्दा दा संतां दे नाल मिलाप हो गया और वो संतां नाल रहन लगा। बहुत सैल उन प्रथम करियो। पहला वो संतां दे नाल चक्रवर्ती रहा। संतां दा ख्याल होंदा है तीर्थां दे यात्रा करिए। बहुत समय इस तरह उन्हें देशां दशांतरां दा रटन किया। सिद्ध मंत्री उस मिल परयो। फिर एक सिद्ध मंत्र सिद्धियां वाला जिसका नाम अनुनिया उन्दे नाल मिलाप होया। कई इतिहासां विच उगड़ नाल दस्या जिहड़ा बंदे बहादुर दा सताल से गुरु से पर इत्थे अनुनिया सिद्ध है। उसकी सेव बहुत इन करी। उस अनुनिया सिद्ध दा ये चेला बन गया और बड़ी भारी उहदी सेवा कीती हर प्रकार दे। विद्या दई इन्ने उस भली। और उस सिद्ध ने इनू बड़ी चंगी विद्या दित्ती बड़ी चंगी तरह करा माता बख्शनिया कीतियां। पोथी दई पोथी ओ भेद दयो कुल। उस सिद्ध ने सिद्धियां वाली जिहड़ी पोथी सी वह इनू देनी कीती जिस दे विच सारे प्रकार दियां रिधियां सिद्धियां का प्रताप से भी किवें सिद्धियां करनियां हन किवें ये जिहड़ा सारा भेद बनाउणा है वह सारी उस जिहड़ी पोथी सी उहने नारायण दास नूं सौंपणे कीते। सो कर दीनो आपणे तुल। महाराज जिवें उह सिद्धियां रिधियां सिद्धां दे घरां विच मच विच बड़ा गूढ़ ज्ञानी सीगा उन्हें इसे तरह ये नारायण दास नूं कलावां बख्श के अपने तुल कर दिता है। देखै पोथी कई तिन बात। उसने ये जिहड़ियां सिद्धियां रिधियां वाली पोथी सीगी इनू दे के ना उन्हें गल समझाउणी कीती भी आ गल याद रखनी है। जगत करी ना बहु बखियात। इस पोथी दियां जिहड़ियां रिधियां सिद्धियां ना ये आपकी वरतों जोगी रखी लोड़ अनुसार वर्तना करें पर संसार विच किते ये प्रगट ना कर बैठी एडी सिद्धियां दी करामातियां हन। गोप रहे तो रह पास। कहिंदा जे गुप्त रहेगी तां तेरे पास रहेगी। प्रगट करह तो लह जह सास। जे इस नूं प्रगट करेगा तेरी ये जान भी लै जावेगी। दोहरा गण नारी माया तुरा शस्त्र पारस जोए। किला घर
चंगी स्त्री होवे, माया होवे, चंगा घोड़ा होवे, चंगे शस्त्र हथियार होण, तां इह जिहड़ा हुंदा है कोल जाणी कि पारस लोहे और तांबे आदिक सोना नूं बनाउण वाली वट्टी हुंदी है। इस औखदि मंत्र तंत्र खोहत जा राजे सोए। और जिंदे कोल इस प्रकार के तंत्र मंत्र होण, तां जिहड़े राजे लोक हुंदे हन उहदे तों डरदे हन, खतरा मानदे हन, तां उह किसे ना किसे प्रकार नाल इह जिहड़ी मंत्र वट्टी हुंदी आ पारस वट्टी, उह चाहुंदे हुंदे हन कि साडे हथ आ जावे, भी असी ही पक्के बादशाह बनिए रहीए। चौपे सा पाशाना छाडे गैल, वड़े वड़े शाहूकार बाते बादशाह लोग होंदे हन, वह खेड़ा नहीं छड़दे, पिछे लग जाते हैं। पहला तो बड़े प्रेम नाल कहिंदे हन, संत जी अहीं तुहाडे चरणां दे सेवक हाँ, तुहाडे पुजारी हाँ, साढ़े ते मेहर करो, सानू कोई पारस वट्टी लभ के दो जिहदे नाल साडियां भी दे रातों रात पौ बारां हो जाण। इस तरह वो लोग अपना काम करते हैं। मारे तुरंत जिंद अपनी भैल, फिर जदों मंत्र निकल जाता है, जदों उन्हां दा काम निकल जाता है, फिर वो बेफिक्रे हो जाते हैं, फिर वो जानों मार जाते हैं। वह जाने जह लग जो, वह जाने जह लै जग पातशाही, वह जानते होंगे हैं, उन्होंने लगता है, उन्होंने पै रहा है कि यह संसार की पातशाही ना लै जाए, क्योंकि वह चाहते होंगे साढ़े को रवे, कि उन्होंने यह डर हों कि साढ़े तो खून ही ना करे। करा मात है जिसके पाही, उन्हां दी विचार हुंदी है जिसके पास करा मात है, भाई जो मर्जी चाहे, जो करना चाहे वह कर सकता है, उहदा जी करे साडे तो बादशाह भी खो सकता है, उहदा की चाहे साडे खजाने लुट ले, साडा राजोसा शस्त्र लुट ले। इस तरह जिहड़े हाकम लोग हुंदे हन, जिंदे विच रिधियां सिद्धियां हुंदियां हन, उहदे तो भय खांदे हन। घर ही बैठे देवे मार, उन्हां चो इन्ना डर हुंदा है, वह कहिंदे हन इहने किहड़ा फौज लैके आउणा, कल नूं कोई मंत्र मारे यंत्र मारे सानू घरे बैठा मंजे ते ही मार देवेगा। जह इस भै ते वह करहे खवार, इस डर तो वह डरते हुए खुआर करते हैं, फड़ लेंदे हैं, फिर बेड़ियां पा देंदे हैं, जेल दे विच सट देंदे हैं, जे मन्नी जावे तो उन्हें जिउंदा रखते हैं, जे ना मन्ने तो फिर वह रगड़ देंदे हैं। अर चाहे वह निज हथ लियो, वो चाहते होंगे इनकी सारिया जिहड़ियां रिधियां सिद्धियां हैं वह साडे हथां विच आ जाण। श्रीकण जिम उस मारन कियो, जिवें शरीक एक दूजे नाल शरीका करते हैं कि सब कुछ मेरे को ले आ जाए, दूजा शरीक कहिंदा मेरे को ले आ जाए, और एक दूजे नूं मार दिंदे हन, इसे तरह जिहड़े राजे लोग हन रिधियां सिद्धियां दे मालकां वालियां दे शरीक बन जाते हैं। आब सुनियो पोथी को नाम, भाई साहब जी कहते हैं पोसी का ना सुनो जिंदे विच ऐसी विद्या है, सिद्ध अनुनिया मंत्रण थाम, जो अनुनिया सी दसदे ने ओ मंत्रां दा थम सीगा, थम भाव कार सी, उन्दे कोले सारे प्रकार दे मंत्र सन। गोरख हो तो गोरख को चेला खास, वो गोरखनाथ का खास चेला से, उहदी बड़ी लंबी उम्र से, वह रिधियां सिद्धियां करके एडी उम्र लैके जिउंदा फिरदा से, बड़िया ही उहदे विच करामातां सन, वह खास गोरख का चेला से। महत कही सुन बड़ियां पास, वो कहिंदा जिवें साडे वड्डियां कोलों मैं सुनना कीता चर्चा कीती,
ਜਿਵੇਂ ਮੇਰੇ ਵੱਡਿਆਂ ਨੇ ਮੈਨੂੰ ਦੱਸਿਆ ਹੈ ਮੈਂ ਉਸੇ ਤਰ੍ਹਾਂ ਦੱਸਦਾ ਹਾਂ। ਪੋਥੀ ਮੈਂ ਥੀ ਵਿੱਦਿਆ ਸਭ, ਉਸ ਪੋਥੀ ਵਿੱਚ ਸਭ ਤਰ੍ਹਾਂ ਦੀ ਵਿੱਦਿਆ ਸੀ। ਜੋ ਜਗ ਮੈਂ ਹੁੱਤੀ ਅਲੱਭ, ਜਿਹੜੀ ਸੰਸਾਰ ਦੇ ਵਿੱਚ ਦੁਰਲੱਭ ਹੈ ਵਿੱਦਿਆ, ਉਹ ਸਾਰੀ ਇਸ ਪੋਥੀ ਵਿੱਚ ਸੀ। ਭਾਈ ਰਤਨ ਸਿੰਘ ਪੰਗੂ ਜੀ ਨੇ ਜਿਵੇਂ ਆਪਣੇ ਵੱਡ ਵਡੇਰਿਆਂ ਤੋਂ ਸੁਣਿਆ ਹੈ ਉਵੇਂ ਆਪਾਂ ਨੂੰ ਦੱਸ ਰਿਹਾ ਹਾਂ। ਕਹਿੰਦੇ ਜਿਹੜੀ ਕਿਤੋਂ ਪੜ੍ਹੀ ਜਾਏ, ਕਿਤੋਂ ਸਿੱਖੀ ਨਾ ਜਾਏ, ਕਿਸੇ ਜਗ੍ਹਾ ਤੋਂ ਕਿਸੇ ਵੀ ਤਰ੍ਹਾਂ ਨਾ ਮਿਲ ਸਕੇ, ਇਹੋ ਜਿਹੀਆਂ ਜਿਹੜੀਆਂ ਰਿਧੀਆਂ ਸਨ, ਜੰਤਰ ਮੰਤਰ, ਉਹ ਸਾਰੇ ਪੋਥੀ ਵਿੱਚ ਸਨ। ਮੰਤਰਣ ਵਿੱਦਿਆ ਤੰਤਰਣ ਸਾਰ, ਮੰਤਰ ਦੀ ਵਿੱਦਿਆ, ਤੰਤਰ, ਧਾਗਾ ਆਦਿਕ, ਧਾਗੇ ਵਿੱਚ ਕਰਾਮਾਤ ਭਰਦੇ ਨੇ ਮੰਤਰਾਂ ਦੇ ਨਾਲ। ਜਿਹੜਾ ਯੰਤਰ ਹੁੰਦਾ ਉਹ ਕਾਗਜ਼ 'ਤੇ ਲਿਖ ਕੇ ਦੇ ਰਿਹਾ ਉਹਨੂੰ ਕਹਿੰਦੇ ਹਨ, ਔਰ ਜਿਹੜੀ ਉਹ ਮੰਤਰ ਵਿੱਦਿਆ ਸੀ ਉਹਦੇ ਨਾਲ ਇਹ ਧਾਗਾ ਕੀਲ ਕੇ ਬਾਬੇ ਮਰਦਾਨੇ ਦੇ ਗਲ ਵਿੱਚ ਪਨਾਤ ਪਾ ਦਿੱਤਾ ਸੀ ਜਾਦੂਗਰਨੀਆਂ ਨੇ ਕਾਮਰੂਪ ਦੇਸ਼ ਵਿੱਚ, ਔਰ ਉਹਨਾਂ ਨੇ ਉਹਨੂੰ ਬਾਬੇ ਮਰਦਾਨੇ ਨੂੰ ਮੀਂਡਾ ਬਣਾ ਲਿਆ ਸੀ। ਯੰਤਰ ਜੁਗਤ ਓਮ ਹੂਰਤ ਵਾਰ, ਔਰ ਜਿਹੜਾ ਮੂੰਹ ਨਾਲ ਉਚਾਰਿਆ ਹੋਇਆ ਮੰਤਰ ਕਾਗਜ਼ 'ਤੇ ਲਿਖ ਕੇ ਦਿੱਤਾ ਹੋਇਆ ਤੰਤਰ, ਆਗਤਕ ਇਹ ਜਿਹੜੇ ਧਾਗਿਆਂ ਨੂੰ ਸਿੱਧੀ ਕਰਨੇ, ਇਹ ਸਾਰੇ ਪ੍ਰਕਾਰ ਦੇ ਸਭ ਪ੍ਰਕਾਰ ਦੀਆਂ ਯੰਤਰਾਂ ਮੰਤਰਾਂ ਦੀਆਂ ਜਿਹੜੀਆਂ ਵਿਧੀਆਂ ਸਨ ਇਹ ਪੋਥੀ ਵਿੱਚ ਲਿਖੀਆਂ ਹੋਈਆਂ ਸਨ, ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰਯੋਗ ਕਰਨਾ, ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਇਹਦਾ ਆਰੰਭ ਕਰਨਾ, ਕਿਸ ਤਰ੍ਹਾਂ ਇਹਦਾ ਅੰਤ ਕਰਨਾ, ਔਰ ਜਿਹੜਾ ਸ਼ੁਭ ਅਸ਼ੁਭ ਸਮਾਂ ਸੀ ਉਹ ਸਾਰਾ ਇਹਦੇ ਵਿੱਚ ਦੱਸਿਆ ਸੀ। ਪਾਰਸ ਲੱਭਣ ਸਾਇਨ ਕਾਰ, ਕਿਵੇਂ ਪਾਰਸ ਲੱਭਿਆ ਜਾਵੇ ਅਤੇ ਕਿਵੇਂ ਰਸਾਇਣ ਕਿਵੇਂ ਬਣਨ, ਕਿਵੇਂ ਪਿੱਤਲ ਲੋਹੇ ਨੂੰ ਮਾੜੀ ਜਿਹੀ ਰਸਾਇਣ ਲਾ ਕੇ ਅੱਗ 'ਤੇ ਰੱਖ ਦਈਏ ਵੀ ਜਿਹੜਾ ਸੋਨਾ ਬਣ ਜਾਏ, ਉਹ ਸਾਰੇ ਤਰੀਕੇ ਇਹਦੇ ਵਿੱਚ ਸਨ। ਨਾਗਾ ਅਸਜਨੀ ਔਸਧ ਸਾਰ, ਜਿਹੜੇ ਨਾਗਾ ਅਸਜਨੀ ਨਾਗੇ ਜਰੀ ਨਾਗਾ ਜਰੀਲੇ ਸੱਪ ਅਸਜਨੀ, ਜੋ ਕਿਸੇ ਦੇ ਸੱਜਣ ਨਹੀਂ ਮੰਨਦੇ ਹੁੰਦੇ, ਉਹਨਾਂ ਨੂੰ ਵਾਸ ਕਰਨ ਦੀ ਵਿੱਦਿਆ ਵੀ ਇਹਦੇ ਵਿੱਚ ਹੈ। ਵੀ ਜਿਹੜੇ ਸੱਪ ਹਨ ਉਹ ਜਿਹੜਾ ਇਹਦੀ ਮੰਤਰ ਸਿੱਧੀ ਜਾਣਦਾ ਸੀ ਉਹ ਸੱਪਾਂ ਨੂੰ ਆਪਣੇ ਅਨੁਸਾਰ ਕਰ ਲੈਂਦਾ ਸੀ ਔਰ ਉਹਨੂੰ ਡੰਗ ਨਹੀਂ ਮਾਰਦੇ ਸਨ। ਰੁਦਰ ਜਾਲ ਬਿੰਦ ਇੰਦਰ ਜਾਲ, ਔਰ ਕਿਵੇਂ ਸ਼ਿਵਜੀ ਨੂੰ ਵਸ ਵਿੱਚ ਕਰਕੇ ਉਹਦੇ ਤੋਂ ਕੰਮ ਲੈਣਾ ਹੈ, ਇੰਦਰ ਜਾਲ ਸਵਰਗਾਂ ਦੇ ਰਾਜੇ ਇੰਦਰ ਤੋਂ ਕਿਸ ਵਿਧੀ ਦੇ ਨਾਲ ਕੰਮ ਲੈਣਾ ਹੈ, ਇਹ ਮੰਤਰ ਅੰਕਤ ਹਨ। ਅਦਭੁਤ ਖੇਡ ਓਡੀਸਾ ਚਾਲ, ਇਹਦੇ ਵਿੱਚ ਅਚਰਜ ਖੇਡਾਂ ਹਨ, ਉੜੀਸਾ ਦੇਸ਼ ਦੀਆਂ ਜਿਹੜੀਆਂ ਚਾਲਾਂ ਸਨ, ਕਰਮਾਤਾਂ ਸਨ ਇਸ ਪੋਥੀ ਵਿੱਚ, ਇਹ ਸਾਰੇ ਉਧਰਲੇ ਦੇਸ਼ਾਂ ਦੇ ਜਿਹੜੇ ਮੰਤਰ ਜੰਤਰ ਸਨ ਉਹ ਅੰਕਤ ਸਨ। ਜਲ ਮੈਂ ਮਿਲਣੋ ਉਪਰ ਜਾਣ, ਔਰ ਜਲ ਦੇ ਵਿੱਚ ਮਿਲ ਜਾਣਾ, ਜਲ ਦੇ ਵਿੱਚ ਭੁੱਲ ਜਾਣਾ, ਔਰ ਜਲ ਦੇ ਉੱਪਰ ਤੁਰਨਾ, ਕਿਸੇ ਇਮਾਰਤ 'ਤੇ ਬਿਨਾਂ ਪੌੜੀਆਂ ਤੋਂ ਚੜ੍ਹ ਜਾਣਾ, ਇਸ ਤਰ੍ਹਾਂ ਦੇ ਮੰਤਰ। ਔ ਆਕਾਸ਼ ਬੰਦ ਆਕਾਸ਼ ਉਡਾਣ, ਆਕਾਸ਼ ਦੇ ਵਿੱਚ ਕੀ ਕੁਝ ਹੈ, ਕਿੰਨੀਆਂ ਪੁਰੀਆਂ ਹਨ, ਕਿੰਨੇ ਤਾਰੇ ਹਨ, ਕਿੰਨਾ ਵੱਡਾ ਆਕਾਸ਼ ਹੋ ਗਿਆ ਹੈ, ਆਕਾਸ਼ ਦੀਆਂ ਚਾਰੇ ਕੁੰਡਾਂ ਦਾ ਗਿਆਨ ਸੀ ਉਸ ਪੋਥੀ ਵਿੱਚ, ਉੱਡ ਕੇ ਵੀ ਇਹ ਚਲੇ ਜਾਂਦੇ ਸਨ ਜਿਹੜੇ ਸਿੱਧੀਆਂ ਵਾਲੇ। ਅਗਣ ਬੁਝਾਵਣ ਲਾਵਣ ਬਿੱਦ, ਔਰ ਲੱਗੀ ਹੋਈ ਅੱਗ ਨੂੰ ਬੁਝਾਉਣਾ, ਕਿਲੇ ਕਿਸੇ ਕਿਲੇ ਵਿੱਚ ਅੱਗ ਲੱਗ ਗਈ ਹੈ ਉਹਨੂੰ ਬੁਝਾ ਦੇਣਾ, ਜਾਂ ਅੱਗ ਕਿਤੇ ਲਾ ਦੇਣੀ ਫਿਰ ਜਾ ਕੇ ਆਪ ਹੀ ਬੁਝਾ ਦੇਣੀ, ਔਰ ਲੋਕਾਂ ਨੂੰ ਕੀ ਲੈਣਾ ਵੀ ਉਹ ਜਿਹੜਾ ਪੀਰ ਹੈ ਬੜਾ ਸਿੱਧੀਆਂ ਵਾਲਾ ਹੈ। ਵਿੱਚ ਵੜ ਖੜਨ ਖਾਵਣ ਸਿੱਧ, ਅੱਗ ਦੇ ਵਿੱਚ ਵੜ ਕੇ ਖੜੇ ਹੋ ਜਾਣਾ, ਜਿਹੜੇ ਅੰਗਿਆਰ ਹਨ ਉਹ ਖਾ ਖਾ ਵਿਖਾਉਣੇ, ਇਸ ਪ੍ਰਕਾਰ ਦੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਔਰ ਖਾਣ ਵਾਲੀਆਂ ਸਾਰੀਆਂ ਵਸਤੂਆਂ ਨੂੰ ਜਦੋਂ ਮਰਜ਼ੀ ਚਾਹੇ ਹਾਜ਼ਰ ਕਰ ਲੈਣਾ। ਦੋਹਰਾ ਜਿਸ ਕੇ ਜਾਪ ਕੇ ਜਪੇ ਤੇ ਬਚਨ ਸਿੱਧੀ ਹੋਏ ਜਾਏ, ਭਾਈ ਰਤਨ ਸਿੰਘ ਜੀ ਕਹਿ ਰਹੇ ਹਨ, ਦੱਸ ਰਹੇ ਹਨ ਇਸ ਪੋਥੀ ਵਿੱਚ ਉਹ ਮੰਤਰ ਵੀ ਸਨ ਜਿਹਦੇ ਰਟਨ ਦੇ ਨਾਲ, ਜਾਪ ਕਰਨ ਦੇ ਨਾਲ ਵੀ ਜਿਹੜੀ ਜਵਾਨ ਹੈ ਇਹਦੇ 'ਤੇ ਸਰਸਵਤੀ ਦਾ ਬਹਿ ਜਾਣਾ,
और जाने की जिन्हों कहते हैं बचन सिद्धि हो जानी, जो मूह जो कहना वो हो जाना, वो मंत्र भी इस पोथी विच हन। दुध पुत धन लक्ष्मी जिसे चाहे लए दवाए, सेवक आ जाते हैं, गरीब जे बन के आ जाते हैं, बाबा जी साने घर पुत हैनी, बाबा जी साने घर दुध हैनी। माया है नहीं कि माया की बड़ी तोड़ है, और दुध की प्राप्ति करनी, पुत की प्राप्ति करनी, माया की प्राप्ति करने, चंगे शरीर की प्राप्ति करने, और जिसे चाहे ले दवाए, जिन्हू चाहिए उन्हू दवा देने, ये सारे प्रकार के ये मंत्र हैं पोथी विच। वैसे तो गुरु घर के सब तो वड्डा गुरु है, जो चाहिए वो देंदे भी हैं। प्राण के बचैया, दूध पूद के दवैया, रोग सोख के मटैया, किंतु मानी महामान हो, जिहड़ा परमेश्वर है इहदे तो ही सब कुछ उपजा है। ताही ते उपज सभ, ताही मैं समाहेंगे, जिन्ने जंत्र हैं, मंत्र हैं, रिधियां हैं, सिद्धियां हैं, करामाता हैं, जिन्हें योगी हैं, जिन्हें भोगी हैं, ये सारे परमेश्वर तो ही पैदा हुए हैं, परमेश्वर दे विच ही लीन होंदे हैं। पर एक खास मंत्र जिहड़े योगी जन हैं सिद्ध करते हैं, जां कई लोगों नूं भरमाउण लई, लोगों नूं लुट्टण लई कई कर लैंदे हैं, कई समाज का भला करन लई करदे हैं। चौपाई भूम मद ही सब ही दर्शवान, धरती विच की कुछ पिया है, पदार्थ पए हैं, खजाने पए हैं, पर यह पता नहीं किसी नूं की हुंदा वी कित्थे कु पिया हुंदा है, क्योंकि धरती दे विचों ही सोना निकलदा, लोहा निकलदा है, हर प्रकार दीआं वस्तुआं निकलदीआं हन, हीरे मोती जवाहरात, तां इह धरती चों निकलदे हन, इहदे विच इहे मंत्र हन, पता लग जांदा है कित्थे कु सोना पिया, कित्थे लोहा पिया, कित्थे पित्तल पिया, कित्थे तांबा पिया, कित्थे हीरे हन, कित्थे मोती हन, कित्थे लाल हन, और कित्थे पारसवटी पई है, ये सारे मंत्र इहदे विच हन कि जिहड़ा पढ़दा है उहनूं पता लग जांदा वी इन्नी किलोमीटर ते सोना, इन्नी किलोमीटर ते जवाहरात, हीरे हन, और सारी जिहड़ी सिद्धि है ये पोथी दे विच है, और जिहड़ा इहनूं पढ़दा है वह मंत्र का अभ्यास करदा है उहनूं दिस पैंदा है। लुकी टुकी सब तुरत मगावण, कोई लुकी हुई चीज, ढकी हुई, जिसका किसी को कोई पता नहीं, लोड़ हो गए उसनू तुरंत मंगवा लेना अपने कोल। बूटी बुलावन बनह जगावन, जिवें कई बार बूटियां लगियां हुंदियां हन, उन्हां नू बुला लेना भी दस तू केड़ी रोग तो तेरे काट करनी है, और किवें तेथों दवाई बनती है, किन्ने चिर तू असर करती है, किन्ने चिर तू नहीं असर करती, और केड़ी बीमारी तेथों कट्टी जाती है, और केड़ी तू ला देनी है, वह सारा वह बूटी नूं बुलवाउणा, फिर बने जगावण, और जिहड़े दरख्त हन उहनां नाल जगा के उहनां नाल बचन करने, और सुक्यां नूं हरे कर देना, हरियां नूं जे चाहिए ते उहनां नूं सुका देना। पारस पूरस बिंद बनावण, पारस लब लेना, जिहड़ा पारस हुंदा है लोहे नाल भी लग जावे और उहनूं सोना बना देना, यंत्र करके किसे दवाई का बन जाना, जां तांबे पित्तल नूं लोहा ला के और अग विच धर के सोने की डली बना देनी, इहो जिहड़ियां जिहड़ियां चीज़ां हन उह सारियां उगतियां जुगतियां इह ग्रंथ विच सन। और इस्तरे होवै मर्द, होर इथों तिकर वी यंत्र सीगा, जिवें कई कुख बदल देंदे हन, लड़की होवे और मंत्र दे नाल उहनूं लड़का बना देंदे, पर इह इहदे विच इहदे मंत्र सन वड्डे इस्त्रियां नूं वी पुरश बना देंदे सन। मरदो पीसो इस्त्री करद, इहदे विच इह वी शक्ति सी मर्द नूं इस्त्री बना देना, इस्त्री तों मर्द बना देना, दोवें प्रकार दीआं शक्तियां। लुकेश पी पर चित की जानण, जिवें कोई किसे कोल आया है
ਜਿਹਦੇ ਕੋਲ ਮੰਤਰ ਸਿੱਧੀ ਹੈ ਇਹ ਪੋਥੀ ਦੀ, ਉਹ ਜਾਣ ਲਵੇਗਾ ਕੀ ਕਰਨ ਆਇਆ ਹੈ ਜਾਂ ਕੀ ਕਰੇਗਾ, ਕੀ ਬੋਲੇਗਾ, ਇਹਦੇ ਹਿਰਦੇ ਦੇ ਵਿੱਚ ਕੀ ਹੈ, ਇਹ ਕਿਵੇਂ ਦਾ ਮੇਰੇ ਬਾਰੇ ਸੋਚ ਰਿਹਾ, ਕਿਵੇਂ ਮੈਨੂੰ ਬੋਲੇਗਾ, ਇਹ ਮੇਰਾ ਮਾੜਾ ਕਰਨ ਆਇਆ, ਮੇਰਾ ਚੰਗਾ ਕਰਨ ਆਇਆ, ਜਾਂ ਮੈਨੂੰ ਮਾਰਨ ਆਇਆ ਹੈ, ਜਾਂ ਮੇਰਾ ਵਾਕਾ ਚੂ ਇਹ ਉਪਾਸ਼ਕ ਹੈ। ਮੋਹਣ ਚਾਟਣ ਤੋਰਨ ਬਲਾਣ, ਮੋਹਣੀ ਮੰਤਰ ਚਾਟ ਲੈ ਦੇਣੀ, ਜਿੰਨਾ ਚਿਰ ਹੁੰਦਾ ਨਹੀਂ ਉਹ ਕੰਮ ਭੜਕਣਾ ਲਾ ਦੇਣੀ, ਉਹਦਾ ਮਨ ਟਿਕਾਓ ਵਿੱਚ ਨਹੀਂ ਆਉਂਦਾ, ਇਹੋ ਜਿਹਾ ਵਸੀਕਰਨ ਕਰ ਦੇਣਾ, ਦੂਸਰੇ ਨੂੰ ਆਪਣੇ ਵਸ ਵਿੱਚ ਕਰ ਦੇਣਾ, ਆਪਣੀ ਆਗਿਆ ਵਿੱਚ ਤੋਰ ਲੈਣਾ, ਮੰਤਰ ਨੂੰ ਪੜ੍ਹ ਕੇ ਆਪਣੇ ਕੋਲ ਬੁਲਾ ਲੈਣਾ, ਆਪਣਾ ਆਪ ਚਲਿਆ ਜਾਵੇ ਜੋ ਮੰਤਰ ਪੜ੍ਹੇ ਉਹ ਸੋ। ਐਸੀਆਂ ਐਸੀਆਂ ਸਿੱਧੀਆਂ ਵਿੱਚ ਇਹਦੇ ਵਿੱਚ ਲਿਖੀਆਂ ਹਨ। ਦੁਸ਼ਟੈ ਮਾਰਨ ਚੋਰਨ ਬਚੈ ਹੈ, ਔਰ ਦੁਸ਼ਟਾਂ ਨੂੰ ਮਾਰਨ ਦੀ ਵਿਧੀ, ਚੋਰਾਂ ਤੋਂ ਆਪਣੇ ਆਪ ਨੂੰ ਬਚਾਉਣ ਦਾ, ਇਹ ਸਾਰੇ ਮੰਤਰ ਸਿੱਧ ਹਨ। ਤਾਰੇ ਅੰਬਰੋਂ ਤੋੜ ਮਗੈ, ਔਰ ਆਕਾਸ਼ ਵਿੱਚੋਂ ਤਾਰੇ ਤੋੜ ਕੇ ਲੈ ਆਉਣੇ, ਮੰਗਾ ਲੈਣੇ, ਐਸੀਆਂ ਸ਼ਕਤੀਆਂ ਇਹ ਪੋਥੀ ਵਿੱਚ ਹਨ। ਅਗਣ ਕਿਓ ਕਿਲੋ ਕੀ ਤੋੜਨ ਬਿੰਦ, ਅੜੇ ਹੋਏ ਕਿਲੇ ਨੂੰ ਤੋੜਨ ਦੀ ਵਿਧੀ, ਜਿਵੇਂ ਕੋਈ ਆਕੀ ਹੋ ਜਾਵੇ, ਉਹ ਕਿਲੇ ਦੇ ਵਿੱਚ ਵੜਿਆ ਹੋਵੇ, ਔਰ ਜਿਹੜਾ ਕਿਲਾ ਫਤਿਹ ਕਰਨਾ ਹੈ ਇਹਦੇ ਵਿੱਚ ਮੰਤਰ ਹੈ, ਉਹ ਮੰਤਰ ਪੜ੍ਹੋ, ਔਰ ਰਾਹ ਲੱਭੇਗਾ ਵੀ ਇੱਥੋਂ ਕਿਲਾ ਕਮਜ਼ੋਰ ਹੈ, ਇੱਥੇ ਹਮਲਾ ਕੀਤਾ ਜਾਵੇ, ਇੱਥੇ ਸਖਤ ਹੈ, ਇੱਥੋਂ ਨਹੀਂ ਕਾਮਯਾਬੀ ਮਿਲਣੀ, ਵੀ ਇੱਥੋਂ ਕਾਮਯਾਬੀ ਮਿਲਣੀ ਹੈ, ਇਹਦੇ ਮੰਤਰ ਹਨ। ਪੌਣ ਗਾਵੇ ਮੀਂਹ ਬਰਸਾਵੇ, ਔਰ ਮੰਤਰ ਪੜ੍ਹ ਕੇ ਹਨੇਰੀ ਚਲਾ ਦੇਣੀ, ਵਰਖਾ ਪਵਾ ਦੇਣੀ, ਗੜੇ ਜਿਹੜੀ ਵਾਰੀ ਹੈ ਉਹ ਕਰਾ ਦੇਣੀ, ਇਸ ਪ੍ਰਕਾਰ ਦੀਆਂ ਮੰਤਰ ਸਿੱਧੀਆਂ। ਜਿੱਧਰੋਂ ਮੰਗਾਵੇ ਜਿੱਧਰ ਚਲਾਵੇ, ਜਿਸ ਪਾਸੋਂ ਮੰਗਾਉਣਿਆ ਹੈ ਕਿਸੇ ਨੂੰ ਅਤੇ ਜਿੱਧਰ ਚਲਾਉਣਾ ਹੈ ਤੀਰ ਆਦਿਕ ਇਸ਼ਾਰਾ ਕਰਕੇ ਉੱਧਰ ਚਲਾ ਦੇਣਾ। ਗੜਾ ਠਰਾ ਔ ਬਿਜਲੀ ਪਾਵੇ, ਆਕਾਸ਼ ਤੋਂ ਗੜੇ ਪਵਾ ਦੇਣੇ, ਠੰਡੇ ਵਾਂਗ ਜੰਮੇ ਹੋਏ ਗੜੇ, ਅਸਮਾਨੀ ਬਿਜਲੀ ਆਦਿਕ ਸੁੱਟ ਦੇਣਾ। ਬਾਰਸ ਰਾਪ ਤਿਸ ਦ੍ਰਸਾ ਨ ਜਾਵੇ, ਔਰ ਕਿਸੇ ਨੂੰ ਬਾਰ ਦੇਣਾ ਵੀ ਤੇਰੇ ਘਰ ਪੁੱਤਰ ਹੋ ਜਾਵੇ, ਔਰ ਕਿਸੇ ਨੂੰ ਸਰਾਫ ਦੇਣਾ ਕਿਸੇ ਪ੍ਰਕਾਰ ਦਾ ਵੀ ਉਹ ਵਾਕਾ ਚ ਪੂਰਨ ਹੋਣ, ਖਾਲੀ ਨਾ ਸਰਾਫ ਜਾਵੇ ਨਾ ਖਾਲੀ ਵਾਰ ਜਾਵੇ, ਇਸ ਪ੍ਰਕਾਰ ਦੇ ਮੰਤਰ। ਦੋਹਰਾ ਭੂਤ ਪ੍ਰੇਤ ਜੋਗਣ ਸੋਗਣ, ਦੇਵ ਤੇ ਸਿੱਧ ਅਰ ਪੀ ਵੀਰ, ਅਵਗਤੀ ਰੂਹਾਂ ਜਿਹੜੀਆਂ ਹੁੰਦੀਆਂ ਹਨ, ਜਿਹਨਾਂ ਦੀ ਕੋਈ ਗਤੀ ਨਹੀਂ ਹੁੰਦੀ ਗੀ, ਉਹ ਜਿਹਨਾਂ ਦੀ ਭੜਕਣਾ ਚੱਲੀ ਰਹਿੰਦੀ ਹੈ, ਉਹਨਾਂ ਨੂੰ ਵਸ ਵਿੱਚ ਕਰ ਲੈਣਾ, ਫਿਰ ਉਹਨਾਂ ਤੋਂ ਕੰਮ ਲੈਣੇ। ਔਰ ਜਿਹੜੇ ਗਣ ਦੇਵਤੇ ਹਨ, ਸਿੱਧ ਹਨ, ਜਿਹੜੇ ਮਹਾਂਵੀਰ ਜੋ ਧਰਤੀ ਨੂੰ ਪੁੱਠੇ ਕਰ ਦੇਣ ਵਾਲੇ 52 ਵੀਰ ਹਨ, ਉਹ ਕੀ ਲੈਣੇ। ਜਚ ਰਚ ਕਿੰਨਰ ਸੁਲੰਗ ਆਵੇ ਪੜੇ ਮਤ ਧੀਰ, ਇੰਦਰ ਲੋਕ ਦੇ ਰਹਿਣ ਵਾਲੇ ਜਚ ਜੀਓ ਹਨ, ਇਹ ਦੇਵਤਿਆਂ ਦੀਆਂ ਜਾਤੀਆਂ ਹਨ। ਔਰ ਕਿੰਨਰ ਜਿਹੜੇ ਨਾਨਤਕਾਰੀ ਹੁੰਦੇ ਹਨ, ਔਰ ਧੀਰ ਵਾਲੀ ਮਤ ਵਾਲੇ ਜੋ ਵਿਦਿਆ ਨੂੰ ਪੜ੍ਹ ਕੇ ਸੰਭਾਲ ਲੈਣ, ਇਹੋ ਜਿਹੜੇ ਮੰਤਰ ਸਿੱਧੀਆਂ ਕਰਦੇ ਹਨ, ਉਹ ਆਪਣੇ ਆਪ ਹਾਜ਼ਰ ਹੁੰਦੇ ਹਨ। ਚੌਪਈ ਜਿਸੇ ਜਿਤਾਵੇ ਜਿੱਤੈ ਸੋਏ, ਜਿਸ ਦੀ ਜਿੱਤ ਕਰਾਉਣੀ ਚਾਹੀਦੇ ਹੋ ਉਹਦੀ ਜਿੱਤ ਹੋਵੇਗੀ। ਹਰਾਵੇ ਜਿਸੇ ਹਾਰੇ ਵੀ ਹੋਈ, ਔਰ ਮੰਤਰ ਸਿੱਧੀ ਨਾਲ ਜਿਹਨੂੰ ਹਰਾਉਣਾ ਚਾਹੋਗੇ ਉਹ ਉਹਦੀ ਹਾਰ ਹੋਵੇਗੀ। ਸ਼ੇਰ ਸਰਫ ਬਿੱਛੂ ਮੱਛਰ ਮੱਕ, ਸ਼ੇਰ ਸੱਪ ਬਿੱਛੂ ਮੱਛਰ ਮੱਖੀ ਹੋਵੇ, ਜਿੱਥੇ ਇਹਨਾਂ ਚੀਜ਼ਾਂ ਜਾਂ ਜ਼ੋਰ ਹੋਵੇ। ਮੰਤਰ ਐਸੇ ਸਨ ਕਿ ਮੱਛਰ ਦਾ ਡੰਗ ਬੰਨ ਲਿਆ ਜਾਂਦਾ ਸੀ, ਮੱਖੀਆਂ ਸਵਾ ਦਿੱਤੀਆਂ ਜਾਂਦੀਆਂ ਹਨ, ਜਾਗਦੀਆਂ ਹੋਈਆਂ ਮੱਖੀਆਂ। ਬਿੱਛੂ ਦਾ ਡੰਗ ਬੰਨ ਦੇਣਾ, ਸੱਪ ਨਹੀਂ ਲੜਦਾ ਸੀਗਾ, ਜੇ ਲੜ ਜਾਵੇ ਉਹਨੂੰ ਬਚਾਉਣ ਦਾ ਢੰਗ ਤਰੀਕਾ ਉਹਦੇ 'ਤੇ ਮੰਤਰ ਪੜਿਆ ਜਾਂਦਾ ਸੀ। ਔਰ ਸ਼ੇਰ ਜੇ ਨਿਕਲ ਆਇਆ ਉਹਨੂੰ ਮੰਤਰ ਪੜ੍ਹ ਦੇਣਾ,
और ਉਹ ਪੂਛਾ ਮਾਰਦਾ ਫਿਰੇ ਕੁੱਤੇ ਵਾਂਗੂ ਉਹ ਚੱਟਦਾ ਫਿਰੇ ਇਹ ਜੇ ਮੰਤਰ ਇਹਦੀਆਂ ਜਿਹੜੀਆਂ ਸਿੱਧੀਆਂ ਸਨ ਰਿੱਧੀਆਂ ਸਨ ਉਹ ਨਰਾਇਣ ਦਾਸ ਨੂੰ ਅਨੁਨੀਏ ਸਿੱਧ ਨੇ ਬਖਸ਼ੀਆਂ ਸਨ। ਅੱਜ ਵੀ ਆਪਣੇ ਬਹੁਤ ਸਾਰੇ ਲੋਕ ਹਨ ਜਿਹੜੇ ਉਸ ਸਮੇਂ ਦੇ ਮੰਤਰ ਸਨ, ਪਹਿਲਾਂ ਮੰਤਰਾਂ ਦੇ ਨਾਲ ਇਲਾਜ ਕੀਤਾ ਜਾਂਦਾ ਸੀ ਜਿਹੜੀ ਜੜ੍ਹ ਦੀ ਕਿਸੇ ਦੇ ਪੀੜ ਹੁੰਦੀ ਹੈ, ਅੱਜ ਵੀ ਮੰਤਰ ਪੜ੍ਹਿਆ ਜਾਂਦਾ ਹੈ ਕੰਨ ਦਾ ਵੀ। ਪ੍ਰਕਾਰ ਬਹੁਤ ਸਾਰੇ ਮੰਤਰ ਹਨ ਜਾਂ ਕਿਸੇ ਮੱਖੀ ਦੇ ਡੰਗ ਦਾ ਹੁੰਦਾ ਹੈ, ਔਰ ਇਹ ਸਾਰੇ ਜਿਹੜੇ ਮੰਤਰ ਸਨ ਇਹ ਜਿਹੜਾ ਨਰਾਇਣ ਦਾਸ ਮਾਧਵ ਦਾਸ ਵਿਰਾਗੀ ਉਹਨੇ ਸਿੱਧ ਕੀਤੇ ਹੋਏ ਸਨ। ਰਾਜ ਪ੍ਰਜਾਤੇ ਹੋਵੇ ਸੁੱਖ, ਰਾਜੇ ਤੋਂ ਪ੍ਰਜਾ ਤੋਂ ਜਿਸ ਤਰ੍ਹਾਂ ਦਾ ਸੁੱਖ ਹੋਵੇ, ਸੋਹਣੀਆਂ ਫਸਲਾਂ ਲੱਗਣ, ਸੋਹੇ ਢੰਗ ਨਾਲ ਮੀਂਹ ਪਵੇ, ਸੁਖੀ ਰਹਿਣ ਸਾਰੇ, ਇਸ ਪ੍ਰਕਾਰ ਦੀਆਂ ਬਰਕਤਾਂ। ਚੋਰ ਠੱਗ ਉਹ ਬਿਸਚਰ ਬਿਖ, ਕੋਈ ਚੋਰ ਠੱਗ ਹੋਵੇ ਰਾਤ ਨੂੰ ਚੋਰੀ ਠੱਗੀ ਵਾਲਾ, ਔਰ ਉਹਨੂੰ ਸਿੱਧਿਆ ਕਰਨਾ ਔਰ ਚੋਰਾਂ ਨੂੰ ਅੰਨੇ ਕਰ ਦੇਣ ਵਾਲੇ ਮੰਤਰ ਇਹ ਪੋਥੀ ਦੇ ਵਿੱਚ, ਉਹਨਾਂ ਨੂੰ ਅੰਨੇ ਕਰ ਦੇਣਾ, ਫੜ ਲੈਣਾ, ਜ਼ਹਿਰ ਨਾਲ ਭਰੇ ਜ਼ਹਿਰੀਲੇ ਜਾਨਵਰ ਸੱਪ ਠੂਏ ਨੂੰ ਕੰਨ ਖਜੂਰੇ ਆਦਿ ਜੇ ਲੜ ਜਾਵੇ ਉਹਨਾਂ ਤੋਂ ਬਚਾਉਣ ਦਾ ਜਿਹੜਾ ਉਪਾਅ ਹੈ ਉਹ ਵੀ ਇਹਦੇ ਵਿੱਚ ਹੈ। ਸੁਅੰਤ ਸ਼ਬਦ ਤੇ ਸੋ ਹੋਵੇ ਸੁੱਖ, ਜਿਹਦੇ ਕੋਈ ਜ਼ਹਿਰ ਜ਼ਹਿਰ ਵਾਲੀ ਚੀਜ਼ ਲੜ ਜਾਵੇ ਔਰ ਉਹਨੂੰ ਬੜਾ ਦੁੱਖ ਹੁੰਦਾ ਹੋਵੇ, ਜੇ ਮੰਤਰ ਇਹਦਾ ਸੁਣ ਲਵੇ ਉਹਨੂੰ ਸੁੱਖ ਪ੍ਰਾਪਤ ਹੁੰਦਾ ਸੀ। ਆਪ ਪਹੁੰਚ ਹੈ ਪਹੁੰਚੇ ਕੋਏ, ਜੇ ਕਿਸੇ ਦੇ ਸੱਪ ਲੜ ਜਾਵੇ, ਜੇ ਆਪ ਮੰਤਰ ਵਾਲੇ ਤੋਂ ਨਹੀਂ ਪਹੁੰਚਿਆ ਜਾਂਦਾ, ਜੇ ਉਹ ਆ ਜਾਵੇ, ਜੇ ਉਹ ਨਾ ਆਵੇ ਤੇ ਇਹ ਪਹੁੰਚ ਜਾਵੇ, ਭਾਵੇਂ ਜੇ ਮਰ ਵੀ ਜਾਵੇ ਉਹਨੂੰ ਚੁੱਕ ਕੇ ਲੈ ਆਉਣ ਮੰਤਰ ਸਿੱਧੀ ਵਾਲੇ ਕੋਲੇ ਔਰ ਮੰਤਰ ਪੜ੍ਹ ਕੇ ਉਹਨੂੰ ਜਿਉਂਦਾ ਕਰ ਦਿੰਦਾ। ਮਰੇ ਜੋ ਸਰਪੋ ਜਿਵੇਂ ਪੀ ਸੋਏ, ਕੋਈ ਸੱਪ ਦੇ ਜ਼ਹਿਰ ਨਾਲ ਮਰ ਵੀ ਜਾਵੇ ਤਾਂ ਮੰਤਰ ਦੇ ਨਾਲ ਉਹ ਜਿਉਂਦਾ ਹੋ ਸਕਦਾ ਸੀ। ਗਿੱਦੜ ਕੁੱਤੇ ਹਲਕਾਇਆ ਹੋਏ, ਹਲਕਾ ਦਾ ਮੰਤਰ ਹਲਕਾ ਕੁੱਤਾ ਹੋਵੇ, ਮੰਤਰ ਪੜ੍ਹ ਦੇਣਾ ਹਲਕਾ ਗਿੱਦੜ ਹੋਵੇ ਉਹ ਸਹੀ ਹੋ ਜਾਂਦਾ। ਸੁਤੰਤ ਬਚਨ ਮਿਸ ਰਹੇ ਨਾ ਕੋਏ, ਹਲਕੇ ਹੋਏ ਜਾਂ ਹੋਰ ਵਿਸ਼ਧਾਰੀ ਜੋ ਸਨ ਉਹਨਾਂ ਦਾ ਮੰਤਰ ਵੀ ਸੀਗਾ, ਉਹਨਾਂ ਤੇ ਮੰਤਰ ਪੜ੍ਹ ਦੇਣਾ ਉਹ ਮੰਤਰ ਸਿੱਧੀ ਦੇ ਨਾਲ ਉਹ ਠੀਕ ਹੋ ਜਾਣੇ। ਸ਼ੇਰ ਬਾਗ ਉਹ ਬਿੱਲੇ ਬਗਿਆੜ, ਸ਼ੇਰ ਬਾਗ ਬਿੱਲੇ ਬਗਿਆੜ ਇਹ ਜਿਹੜੇ ਜੰਗਲੀ ਜਾਨਵਰ ਖੂੰਖਾਰ ਹੁੰਦੇ ਹਨ, ਜਿਹਨਾਂ ਨੂੰ ਜੰਗਲ ਵਿੱਚ ਬੰਦਾ ਜੇ ਮਿਲ ਜਾਵੇ ਉਹ ਛੱਡਦੇ ਨਹੀਂ, ਖਾ ਜਾਂਦੇ ਹਨ, ਇਹਡੇ ਭਿਅੰਕਰ ਜਾਨਵਰ ਮੰਤਰ ਪੜ੍ਹ ਕੇ ਵਸ ਹੋ ਜਾਣਾ। ਹਾਥ ਮੋਕਨ ਸਕੈ ਉਗਾੜ, ਕੋਈ ਜਾਨਵਰ ਆਪਣਾ ਪੰਜਾ ਨਹੀਂ ਮਾਰ ਸਕਦਾ ਸੀ, ਚੁੱਕ ਨਹੀਂ ਸਕਦਾ ਸੀ ਔਰ ਗੁੱਸੇ ਨਾਲ ਵੇਹਦਾ ਵੀ ਨਹੀਂ ਸੀ, ਉਹ ਮੂੰਹ ਵੀ ਨਹੀਂ ਉਹਦਾ ਖੁੱਲਦਾ ਸੀ, ਇਹ ਜੇ ਮੰਤਰ ਸਨ। ਬਿਰਸ਼ਬਦੀ ਕੋ ਜੋ ਧਰ ਉਪਾਈ, ਧਰਤੀ ਤੇ ਬਿਰਸ਼ ਪੈਦਾ ਕਰਦੇ ਨੇ, ਤੁਰੰਤ ਬਾਗ ਲਾਦੇ ਨੇ, ਹੱਥ ਬਾੜੀ ਲਾ ਕੇ ਦੇਣੀ, ਨਾਲ ਦੀ ਨਾਲ ਫਲ ਫੁੱਲ ਫੁੱਲ ਜਾਣੇ, ਦਰਖਤ ਸੁੱਕੇ ਹਰੇ ਕਰਦੇ ਨੇ, ਹਰੇ ਜੇ ਹਨ ਉਹਨਾਂ ਨੂੰ ਮੰਤਰਾਂ ਦੇ ਸਿੱਧੀ ਨਾਲ ਸੁਕਾ ਦੇਣਾ। ਅਰਕ ਸੋ ਆਦ ਭਲਾਵੇ ਤਾਈ, ਔਰ ਸਾਰਿਆਂ ਦਾ ਅਰਕ ਕੱਢ ਲੈਣਾ, ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣੂ ਹੋ ਜਾਣਾ। ਸੰਖਿਓ ਅਫੀਮ ਸ਼ਰਾਬ ਭੰਗਾਈ, ਭੰਗ ਜ਼ਿਆਦਾ ਖਾ ਲਵੇ, ਸੰਖਿਆ ਖਵਾਇਆ ਜਾਵੇ, ਅਫੀਮ ਜ਼ਿਆਦਾ ਖਵਾਈ ਜਾਵੇ ਜਿਸ ਦੇ ਨਾਲ ਮੌਤ ਹੋਣ ਦਾ ਖਤਰਾ ਹੋਵੇ, ਸ਼ਰਾਬ ਜ਼ਿਆਦਾ ਪਿਆਈ ਜਾਣੀ ਜਿਸਦਾ ਕੋਈ ਇਲਾਜ ਨਾ ਹੋਵੇ, ਪਰ ਇਹਦੇ ਵਿੱਚ ਮੰਤਰ ਦਿੱਤੇ ਹੋਏ ਸਨ ਉਹ ਪੜ੍ਹ ਕੇ ਇਹ ਅਸ਼ੁੱਧੀਆਂ ਦਾ ਜਿਹੜਾ ਸੀ ਇਹ ਬਿਮਾਰੀਆਂ ਦਾ ਇਲਾਜ ਹੁੰਦਾ ਸੀ। ਬਿਖ ਪੱਖੀ ਸਭ ਦੇਹ ਹਟਾਈ, ਜ਼ਹਿਰ ਖਾਣ ਵਾਲਾ ਜਿਸ ਨੂੰ ਵੀ ਜ਼ਹਿਰ ਚੜ ਗਿਆ ਹੈ ਇਹ ਮੰਤਰ ਦਿੰਦਾ ਤੁਰਤ ਹਟ ਜਾਂਦਾ ਸੀ। ਦੋਹਰਾ ਅਸ਼ਟ ਸਿੱਧੀ ਅਨਮੰਗ ਮਹਿਮਾ ਗੁਰਮਾ ਲਘੁਮਾ ਪ੍ਰਾਪਤ, ਇਹ ਅੱਠ ਸਿੱਧੀਆਂ ਦੇ ਨਾਮ ਹਨ, ਆਪਣੀ ਮਰਜ਼ੀ ਮੁਤਾਬਕ ਹਰ ਇੱਕ ਕੰਮ ਨੂੰ ਪੂਰਾ ਕਰ ਲੈਣਾ ਸਿੱਧੀ ਉਹਨੂੰ ਕਹਿੰਦੇ ਹਨ।
ਤਾਂ ਗੁਰੂ ਸਾਹਿਬ ਜੀ ਨੇ ਵੀ ਰਹਿ ਰਾਸ ਦੇ ਵਿੱਚ ਵੀ 18 ਸਿੱਧੀਆਂ ਦਾ ਜ਼ਿਕਰ ਕੀਤਾ ਹੈ। ਸਾਵਣ ਦਾਨ 10, ਅਸ਼ਟਨ ਦਾਨ ਠਾਕਰ ਕਲ ਕਲ ਧਰੇ, ਠਾਕਰ ਕਾਲ ਕਲ ਧਰਿਆ। ਇਹ ਗਿਣਤੀ ਵਿੱਚ ਕੁੱਲ 18 ਹਨ, ਪਰ ਮੁੱਖ 8 ਹਨ। ਅਨਮਾ ਅਨੂ ਆਪਣੇ ਆਪ ਨੂੰ ਪਰਮਾਣੂ ਤੋਂ ਸੂਕਸ਼ਮ ਹੋ ਜਾਣਾ, ਮਹਿਮਾ ਮਹਾਂ ਸਥੂਲ ਹੋ ਜਾਣਾ, ਗੁਰਮਾ ਰੂਈ ਜੈਸੇ ਹਲਕੇ ਭਾਰ ਹੋ ਜਾਣਾ, ਲਘੁਮਾ ਪ੍ਰਵਤ ਜੈਸੇ ਭਾਰੀ ਪਦਾਰਥ ਨੂੰ ਰੂਈ ਦੇ ਤੁਲ ਕਰਕੇ ਹਲਕਾ ਹੋ ਜਾਣਾ। ਜਿਹੜੀ ਗੁਰਮਾ ਹੈ ਉਹ ਰੂਈ ਵਰਗੇ ਨੂੰ ਭਾਰੀ ਬਣਾ ਦਿੰਦੀ ਹੈ, ਲਘੁਮਾ ਹੈ ਇਹ ਪਰਵਤ ਜੈਸੇ ਭਾਰੇ ਨੂੰ ਰੂ ਵਰਗਾ ਬਣਾ ਦਿੰਦਾ। ਪ੍ਰਾਪਤੀ ਸਭ ਪਦਾਰਥਾਂ ਦੀ ਇੱਛਾ ਅਨੁਸਾਰ ਉਹਨਾਂ ਨੂੰ ਪਾ ਲੈਣਾ। ਕੰਮ ਔਬਸ ਕਰਨ ਸੋ ਈਸ਼ਤ ਹੋਵੇ ਸਭ, ਔਰ ਹਰ ਪ੍ਰਕਾਰ ਦਾ ਕਾਮਨਾ ਵਸੀਕਰਨ ਉਹ ਸਭ ਪੂਰਾ ਹੋਣਾ। ਪਰਕਰਮਾ ਰੁਕਾਵਟ ਬਿਨਾਂ ਜਲ ਦੀ ਤਰ੍ਹਾਂ ਪ੍ਰਿਥਵੀ ਦੇ ਵਿੱਚ ਲੈ ਹੋ ਜਾਣਾ, ਪਰ ਇੱਛਾ ਅਨੁਸਾਰ ਫਿਰ ਪ੍ਰਗਟ ਹੋ ਜਾਣਾ। ਵਸ਼ੀਕਰਨ ਭੌਤਿਕ ਪਦਾਰਥਾਂ ਨੂੰ ਆਪਣੀ ਆਗਿਆ ਵਿੱਚ ਲੈ ਕਰ ਲੈਣਾ। ਈਸ਼ਤਾ ਪਦਾਰਥਾਂ ਨੂੰ ਰਚਣ ਔਰ ਲੈ ਕਰਨ ਦੀ ਸ਼ਕਤੀ ਹੋਣੀ ਆਦਿ, ਸਿੱਧੀਆਂ ਪ੍ਰਾਪਤ ਕਰਨ ਦੀ ਉਹ ਜਿਹੜੀ ਸਾਰੀ ਵਿੱਦਿਆ ਹੈ ਇਸ ਪੋਥੀ ਵਿੱਚ ਅੰਕਿਤ ਹੈ, ਜਿਸ ਦੇ ਪ੍ਰਯੋਗ ਨਾਲ ਜਿਹੜੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ। ਸੋਰਠਾ ਭੂਤੇ ਔ ਵਰਤਮਾਨ ਭਵਿੱਖ ਭਵਿੱਖਤ ਭੀ ਕਾਲ ਜੋ, ਦਿਨ ਕਾਲ ਹੁੰਦੇ ਹਨ, ਕਾਲ ਕਹਿੰਦੇ ਹਨ ਸਮੇਂ ਨੂੰ, ਜਾਣੀ ਕਿ ਭੂਤੇ ਭੂਤ ਕਾਲ ਜੋ ਪਿੱਛੇ ਵਾਪਰ ਚੁੱਕਿਆ ਹੈ, ਵਰਤਮਾਨ ਜੋ ਵਰਤ ਰਿਹਾ ਹੈ, ਭਵਿੱਖਤ ਕਾਲ ਜੋ ਅੱਗੇ ਆਉਣਾ ਹੈ ਉਹ ਕੀ ਵਾਪਰਨਾ ਹੈ। ਸੋ ਦੋਇਓ ਖਿਆਣ ਜੋ ਵਰਤਿਓ ਥੋ ਇਨ ਮਦੈ, ਇਸ ਪੋਥੀ ਵਿੱਚ ਜੋ ਜੋ ਕਲਾ ਸੀ, ਜੋ ਸ਼ਕਤੀਆਂ ਵਰਤਾਉਣ ਯੋਗ ਸਨ, ਭਾਈ ਸਾਹਿਬ ਕਹਿੰਦੇ ਕੋਈ ਮੈਂ ਤੁਹਾਨੂੰ ਦੱਸੀਆਂ ਹਨ। ਦੋਹਰਾ ਸਭ ਗੁਣ ਪੋਥੀ ਕੇ ਲਿਖੈ ਗ੍ਰੰਥ ਸੋ ਮਿਤ ਵੱਡ ਹੋਏ, ਕਹਿੰਦੇ ਜੇ ਮੈਂ ਸਾਰੇ ਗੁਣ ਜਿਹੜੇ ਪੋਥੀ ਦੇ ਲਿਖਦੇ ਹਾਂ ਤਾਂ ਜਿਹੜਾ ਇਹ ਗ੍ਰੰਥ ਹੈ ਇਹ ਬੜਾ ਵੱਡਾ ਬਣ ਜਾਵੇਗਾ, ਇਹ ਪੋਥੀ ਦੇ ਗੁਣਾਂ ਦਾ ਹੀ ਇੱਕ ਵੱਡਾ ਗ੍ਰੰਥ ਅੱਡ ਹੀ ਬਣ ਜਾਵੇਗਾ। ਦਰਸ਼ਨ ਹੋਏ ਭਗਵਾਨ ਕੋ ਮੁਕਤ ਮਲਾਵਾ ਹੋਏ, ਔਰ ਮੁਕਦੀ ਗੱਲ ਕੀ, ਇਹਦੇ ਵਿੱਚ ਇਹਦੇ ਮੰਤਰ ਵੀ ਸਨ ਜਿਨ੍ਹਾਂ ਦੀ ਸਿੱਧੀ ਦੇ ਨਾਲ ਭਗਵਾਨ ਪਰਮੇਸ਼ਰ ਦੇ ਦਰਸ਼ਨ ਹੁੰਦੇ ਸਨ, ਮੁਕਤੀ ਦੀ ਪ੍ਰਾਪਤੀ ਮਿਲ ਜਾਂਦੀ ਸੀ। ਚੌਪਈ ਐਸੀ ਪੋਥੀ ਬੰਦੇ ਪਾਈ, ਇਹੋ ਜਿਹੀ ਪੋਥੀ ਬੰਦੇ ਨਾਰਾਇਣ ਦਾਸ ਵੈਰਾਗੀ ਨੂੰ ਪ੍ਰਾਪਤ ਹੋਈ। ਬਚਾਏ ਨਾ ਸਕਿਓ ਸੋ ਦਈ ਪ੍ਰਗਟਾਈ, ਉਹਨੇ ਨਾ ਇਹਦੇ ਜਿਹੜੇ ਗੁਣ ਸਨ ਜੋ ਅਨੂਨੀਏ ਸਿੱਧ ਨੇ ਵੀ ਇਹਨੂੰ ਸਿੱਖਿਆ ਦਿੱਤੀ ਸੀ ਵੀ ਤੂੰ ਕਿਸੇ ਨੂੰ ਪ੍ਰਗਟ ਨਹੀਂ ਕਰਨਾ, ਪਰ ਇਹਦੇ ਤੋਂ ਨਹੀਂ ਰਿਹਾ ਗਿਆ, ਇਹ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤੀ ਇਹਨੇ। ਔਰ ਸੰਤਨ ਕੋ ਲੈ ਅੰਤ, ਇਹ ਵੀ ਬੜਾ ਦੁਖਦਾਈ ਕੰਮ ਸੀ ਜਿਹੜਾ ਮਹਾਂਪੁਰਸ਼ਾਂ ਦਾ ਅੰਤ ਲੈਂਦਾ ਸੀਗਾ, ਵੀ ਉਹਨਾਂ ਨੂੰ ਵੇਦਾ ਹੀ ਕਿੰਨੀ ਕੁ ਇਹਦੇ ਵਿੱਚ ਤਾਕਤ ਹੈ, ਕਿੰਨੀ ਸ਼ਕਤ ਹੈ, ਟੋ ਟੋ ਕੇ ਵੇਦਾ ਸੀ ਕਿ ਊਈ ਤਾਂ ਨਹੀਂ ਲੱਗੇ ਫਿਰਦੇ ਹਨ। ਹੈ ਨਿੰਦਕ ਵਹਿ ਅਤ ਹੀ ਸੰਤ, ਸੰਤ ਜੈਤ ਰਾਮ ਸਤਿਗੁਰਾਂ ਨੂੰ ਦੱਸਦੇ ਹਨ ਮਹਾਰਾਜ ਇਹ ਅਤ ਦਾ ਨਿੰਦਕ ਪੁਰਸ਼ ਹੈ, ਖਾਸ ਕਰਕੇ ਸੰਤਾਂ ਦਾ ਜ਼ਰੂਰ ਨਾ ਜਾਇਓ। ਆਪਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਪ ਕਿਰਪਾ ਕਰਕੇ ਉਹਦੇ ਵੱਲ ਨਾ ਜਾਣਾ। ਕਹੀ ਮਹੰਤ ਬਹੁ ਬਾਰੇ ਮੰਗਲ, ਔਰ ਇਹ ਜਿਹੜਾ ਮਹੰਤ ਹੈ ਇਹਨੇ ਵਾਰ ਵਾਰ ਮਹਾਰਾਜ ਨੂੰ ਇਹ ਵਾਰਮਤਾ ਲਾਭ ਕਹਿ ਕੇ ਦੱਸ ਰਿਹਾ, ਵਾਰ ਵਾਰ ਇਹ ਗੱਲ ਕਹਿ ਰਿਹਾ ਕਿ ਮਹਾਰਾਜ ਆਪ ਜੀ ਨੇ ਉਧਰ ਨਹੀਂ ਜਾਣਾ, ਵੀ ਇਹ ਜਿਹੜਾ ਪਖੰਡੀ ਹੈ ਦੰਮੀ ਹੈ ਸੰਤਕਾਂ ਦਾ ਨਿੰਦਕ ਹੈ ਮਹਾਰਾਜ, ਔਰ ਇਹ ਟਿੱਚਰਾਂ ਕਰਦਾ ਹੈ ਸੰਤਾਂ ਨੂੰ, ਆਪ ਕਿਰਪਾ ਕਰਨੀ ਉਧਰ ਨਹੀਂ ਜਾਣਾ ਕਿ ਆਪ ਦੀ ਸ਼ਾਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਪਵੇ।
इस तरह जो महंत जी हैं महाराज को दस रहे हैं। हुण इत्थे ही कथा की समाप्ति है। कथा विचारा करदा अनेक प्रकार दीआं बेंत भुला रह गईआं हन। दास थम्मां दा जाजक है और कोटल कुटवाल धन धन श्री गुरु ग्रंथ साहिब महाराज जी का धनवाद है। कोटल कुटवाल सारे साध संगत का धनवाद है जो हर रोज कथा सरवण करते हैं। कथा विचारा करदा अनेक प्रकार दीआं भुला रह गईआं हन। दास थम्मां दा जाजक है। हुण इत्थे ही खीरलियां पंक्तियां पढ़ के कथा की समाप्ति है। जो न जाइयो तुम मुत वल कहे महंता